1993 ਦੇ ਮੁੰਬਈ ਸੀਰੀਅਲ ਬਲਾਸਟ ਦੇ ਦੋਸ਼ੀ ਯਾਕੂਬ ਮੇਮਨ ਦੀ ਫਾਂਸੀ ਦੀ ਸਜ਼ਾ ਤੇ ਮੁੜ ਵਿਚਾਰ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਯਾਕੂਬ ਨੇ ਆਪਣੀ ਮੌਤ ਦੀ ਸਜ਼ਾ ਤੇ ਮੁੜ ਵਿਚਾਰ ਦੀ ਅਰਜ਼ੀ ਦਿੱਤੀ ਸੀ। ਕੋਰਟ ਨੇ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਤੋਂ ਮਨਾ ਕਰ ਦਿੱਤਾ। ਯਾਕੂਬ ਮੇਮਨ ਨੇ ਆਪਣੀ ਮੌਤ ਦੀ ਸਜ਼ਾ ਤੇ ਮੁੜ ਵਿਚਾਰ ਦੀ ਅਰਜ਼ੀ ਦਿੱਤੀ ਸੀ। ਕੋਰਟ ਨੇ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਮੇਮਨ ਨੇ ਆਪਣੀ ਅਰਜ਼ੀ 'ਚ ਫਾਂਸੀ ਦੀ ਸਜ਼ਾ ਮੁਅੱਤਲ ਕਰਨ ਦੀ ਮੰਗ ਕਰਦੇ ਹੋਏ ਦਲੀਲ ਦਿੱਤੀ ਸੀ ਕਿ ਉਹ ਕਰੀਬ 19 ਸਾਲ ਤੋਂ ਜੇਲ੍ਹ 'ਚ ਹੈ, ਜੋ ਉਮਰ ਕੈਦ ਦੀ ਸਜ਼ਾ ਦੇ ਬਰਾਬਰ ਹੈ। ਅਜਿਹੇ 'ਚ ਉਸ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਸ ਤੋਂ ਸਜ਼ਾ ਦੋਹਰੀ ਹੋ ਜਾਵੇਗੀ। ਇੱਕ ਦੋਸ਼ ਲਈ ਦੋ ਸਜ਼ਾਵਾਂ ਨਹੀਂ ਹੋ ਸਕਦੀਆਂ। ਜ਼ਿਕਰਯੋਗ ਹੈ ਕਿ ਮੇਮਨ ਨੇ ਦਾਊਦ ਇਬਰਾਹਿਮ ਤੇ ਫਰਾਰ ਮੁਲਜ਼ਮ ਆਪਣੇ ਭਰਾ ਟਾਈਗਰ ਮੇਮਨ ਦੇ ਨਾਲ ਮਿਲ ਕੇ ਮੁੰਬਈ ਬੰਬ ਧਮਾਕਿਆਂ ਦੀ ਸਾਜਿਸ਼ ਰਚੀ ਸੀ। ਯਾਕੂਬ ਪਿਛਲੇ 20 ਸਾਲ ਤੋਂ ਜੇਲ੍ਹ 'ਚ ਹੈ। ਉਧਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਨੇ ਵਿਧਾਨ ਸਭਾ 'ਚ ਕਿਹਾ ਕਿ ਕਸ਼ਮੀਰੀ ਪੰਡਿਤਾਂ ਦੇ ਵਾਅਦੇ 'ਚ ਮੁੜ ਵਸੇਬੇ ਲਈ ਵੱਖਰੀਆਂ ਕਲੋਨੀਆਂ ਨਹੀਂ ਬਣਾਈਆਂ ਜਾਣਗੀਆਂ। ਉਹਨਾਂ ਆਪਣੇ ਬਿਆਨ 'ਚ ਕਿਹਾ ਹੈ ਕਿ ਉਹਨਾਂ ਕੇਂਦਰ ਗ੍ਰਹਿ ਮੰਤਰੀ ਨੂੰ ਦੱਸ ਦਿੱਤਾ ਹੈ ਕਿ ਕਸ਼ਮੀਰੀ ਪੰਡਿਤ ਵਾਅਦੇ 'ਚ ਵੱਖਰੇ ਤੌਰ 'ਤੇ ਨਹੀਂ ਰਹਿ ਸਕਦੇ ਅਤੇ ਉਹਨਾਂ ਨੂੰ ਸਮਾਜ ਨਾਲ ਰਹਿਣਾ ਹੋਵੇਗਾ। ਉਹਨਾਂ ਕਿਹਾ ਹੈ ਕਿ ਇਹ ਇੱਕ ਮਨੁੱਖੀ ਮੁੱਦਾ ਹੈ ਅਤੇ ਇਸ ਨੂੰ ਲੈ ਕੇ ਵਿਵਾਦ ਪੈਦਾ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਹੈ ਕਿ ਅਸੀਂ ਇੱਕ ਹੋਰ ਇਜ਼ਰਾਈਲ ਨਹੀਂ ਬਣਾਉਣਾ ਚਾਹੁੰਦੇ। ਉਹਨਾਂ ਕਿਹਾ ਕਿ ਉਹ ਚਾਹੁੰਦੇ ਨੇ ਕਿ ਸਾਰੇ ਧਰਮਾਂ ਦੇ ਲੋਕ ਨਾਲ ਨਾਲ ਰਹਿਣ। ਮੁਫਤੀ ਨੇ ਕਿਹਾ ਕਿ ਉਹ ਯਤਨ ਕਰ ਰਹੇ ਨੇ ਕਿ ਵਾਦੀ 'ਚ ਧਰਮ ਨਿਰਪੇਖ ਮਾਹੌਲ ਕਾਇਮ ਹੋਵੇ ਅਤੇ ਇਸ ਮਾਮਲੇ ਨੂੰ ਲੈ ਕੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ। ਉਧਰ JKLF ਵੀ ਕਸ਼ਮੀਰੀ ਪੰਡਿਤਾਂ ਲਈ ਪ੍ਰਸਤਾਵਿਤ ਟਾਊਨਸ਼ਿਪ ਦੇ ਵਿਰੋਧ 'ਚ ਉਤਰ ਆਇਆ ਹੈ। ਯਾਸੀਨ ਮਲਿਕ ਨੇ ਕਿਹਾ ਹੈ ਕਿ ਜੇਕਰ ਕਸ਼ਮੀਰ 'ਚ ਕਸ਼ਮੀਰੀ ਪੰਡਿਤਾਂ ਲਈ ਵੱਖਰੀ ਕਲੋਨੀ ਵਸਾਈ ਜਾਏਗੀ ਤਾਂ ਕਸ਼ਮੀਰ ਵਿਸ਼ਵ ਦਾ ਦੂਜਾ ਇਸਰਾਇਲ ਬਣ ਜਾਵੇਗਾ। ਇਹ ਜੋ ਆਜ ਹਜ਼ਾਰੋ ਕਸ਼ਮੀਰੀ ਪੰਡਿਤ ਬਰਾਦਰਾਨ ਆਪਣੇ ਘਰੋਂ ਮੇਂ ਰਹਤੇ ਹੈ ਤੋ RSS ਔਰ ਯਹਾਂ ਕਾ ਜੋ ਮੁਫਤੀ ਮੁਹੰਮਦ ਸਈਦ ਜਿਸਨੇ ਹਕੂਮਤ ਹਾਸਿਲ ਕਰਨੇ ਕੇ ਲੀਏ RSS ਕੇ ਸਾਥ ਸ਼ਾਦੀ ਕਰ ਲੀ, वो इस कश्मीर में कौन सी नई आग लगाना चाहते हैं? क्या इसी का नाम कंपोजिट कल्चर है कि हम माइनॉरिटीज के नाम पर एक नया शहर बसाए और यहां पर एक नई नफरत की दीवारें खड़ी कर दे इस कश्मीर के अंदर? क्या इसी का नाम कंपोजिट कल्चर है? ਤੇ ਉਧਰ ਪੰਜਾਬ ਦੇ ਧੂਰੀ ਵਿਧਾਨ ਸਭਾ ਹਲਕੇ ਦੇ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਅੱਜ ਸ਼ਾਮ ਬੰਦ ਹੋ ਜਾਵੇਗਾ। ਚੋਣ ਕਮਿਸ਼ਨ ਨੇ ਹਲਕੇ ਤੋਂ ਬਾਹਰਲੇ ਵਿਅਕਤੀਆਂ ਨੂੰ ਚੋਣ ਪ੍ਰਚਾਰ ਬੰਦ ਹੋਣ ਦੇ ਤੁਰੰਤ ਬਾਅਦ ਹਲਕਾ ਛੱਡ ਦੇਣ ਦੀਆਂ ਹਦਾਇਤਾਂ ਵੀ ਦਿੱਤੀਆਂ ਨੇ। ਮੁੱਖ ਚੋਣ ਅਧਿਕਾਰੀ VK ਸਿੰਘ ਨੇ ਦੱਸਿਆ ਕਿ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਤੇ ਉਸ ਤੋਂ ਬਾਅਦ ਉਮੀਦਵਾਰ ਘਰ ਘਰ ਜਾ ਕੇ ਵੋਟਾਂ ਮੰਗਦੇ ਨੇ। ਵੋਟਾਂ 11 ਅਪ੍ਰੈਲ ਨੂੰ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਤੇ ਨਤੀਜਾ 15 ਅਪ੍ਰੈਲ ਨੂੰ ਆਵੇਗਾ। ਜ਼ਿਕਰਯੋਗ ਹੈ ਕਿ ਇਹ ਜ਼ਿਮਨੀ ਚੋਣ ਕਾਂਗਰਸੀ ਵਿਧਾਇਕ ਅਰਵਿੰਦ ਖੰਨਾ ਵੱਲੋਂ ਅਸਤੀਫਾ ਦੇਣ ਕਾਰਨ ਕਰਵਾਈ ਜਾ ਰਹੀ ਹੈ। ਚੋਣ ਲਈ ਕੁੱਲ 12 ਉਮੀਦਵਾਰ ਮੈਦਾਨ ਵਿੱਚ ਨੇ, ਪਰ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਗੋਬਿੰਦ ਸਿੰਘ ਲੌਂਗੋਵਾਲ ਅਤੇ ਕਾਂਗਰਸ ਦੇ ਸਿਮਰ ਪ੍ਰਤਾਪ ਸਿੰਘ ਬਰਨਾਲਾ ਦਰਮਿਆਨ ਬਣਿਆ ਹੋਇਆ ਹੈ। ਇਹ ਜ਼ਿਮਨੀ ਚੋਣ ਅਕਾਲੀ ਦਲ ਅਤੇ ਕਾਂਗਰਸ ਲਈ ਵਕਾਰੀ ਬਣੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਇਸ ਸੀਟ ਨੂੰ ਜਿੱਤ ਕੇ ਵਿਧਾਨ ਸਭਾ ਵਿੱਚ ਸਪਸ਼ਟ ਬਹੁਮਤ ਹਾਸਲ ਕਰਨ ਦੀ ਤਾਕ ਵਿੱਚ ਹੈ ਅਤੇ ਕਾਂਗਰਸ ਆਪਣਾ ਖੁਸਿਆ ਆਧਾਰ ਬਚਾਉਣ ਲਈ ਪੱਬਾਂ ਪਾ ਰਿਹਾ ਹੈ। ਉਧਰ ਧੂਰੀ 'ਚ ਆਪਣੇ ਸੰਬੋਧਨ 'ਚ ਕੈਪਟਨ ਅਮਰਿੰਦਰ ਸਿੰਘ ਨੇ ਮੁਹੰਮਦ ਸਦੀਕ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਗਏ ਫੈਸਲੇ ਬਾਰੇ ਕਿਹਾ ਹੈ ਕਿ ਉਹ ਇਸ 'ਤੇ ਕੁਝ ਨਹੀਂ ਬੋਲ ਸਕਦੇ ਅਤੇ ਉਹ ਇਸ ਨੂੰ ਸੁਪਰੀਮ ਕੋਰਟ 'ਚ ਲੈ ਕੇ ਜਾਣਗੇ। ਅਰਵਿੰਦ ਖੰਨਾ ਬਾਰੇ ਉਹਨਾਂ ਕਿਹਾ ਹੈ ਕਿ ਉਹ ਉਹਨਾਂ ਕੋਲ ਆਏ ਸਨ ਅਤੇ ਉਹਨਾਂ ਨੇ ਹੀ ਦਿੱਲੀ ਜਾ ਕੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਨ ਲਈ ਕਿਹਾ ਸੀ। ਅਰਵਿੰਦ ਖੰਨਾ ਨੇ ਉਹਨਾਂ ਨੂੰ ਮਿਲ ਕੇ ਹੀ ਅਸਤੀਫਾ ਦਿੱਤਾ ਹੈ।
ਸਦੀਕ ਜੀ ਦਾ ਇਸ਼ੂ ਜੋ ਜੱਜਮੈਂਟ ਆਈ ਹੈ ਅਸੀਂ ਉਸ ਤੇ ਤਾਂ ਕਮੈਂਟ ਨਹੀਂ ਕਰ ਸਕਦੇ ਲੇਕਿਨ ਅਸੀਂ ਇਸ ਨੂੰ ਸੁਪਰੀਮ ਕੋਰਟ ਲੈ ਕੇ ਜਾਵਾਂਗੇ ਅਰਵਿੰਦ ਖੰਨਾ ਜੀ ਦੇ ਪਰਸਨਲ ਮਸਲੇ ਸੇ ਮੇਰੇ ਕੋਲ ਆਏ ਸੇ ਕਿ ਮੈਂ ਸਰਕਾਰ 'ਚ ਨਹੀਂ ਰਹਿ ਸਕਦਾ ਕਿਉਂਕਿ ਮੇਰਾ ਪਰਸਨਲ ਬਿਜ਼ਨਸ ਦਾ ਕੰਮ ਹੈ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸੋਨੀਆ ਜੀ ਨੂੰ ਔਰ ਰਾਹੁਲ ਜੀ ਨੂੰ ਜਾ ਕੇ ਮਿਲ ਕੇ ਆਪਣੇ ਸਮਝਾਇਆ ਔਰ ਉਹਨਾਂ ਨੂੰ ਸਮਝਾ ਕੇ ਅਸਤੀਫਾ ਦਿੱਤਾ ਹੈ ਉਸ ਤੋਂ ਬਾਅਦ ਇੱਕ ਵਾਰ ਅਸਤੀਫਾ ਦੇਤਾ ਫਿਰ ਕੱਢਣ ਦਾ ਕਿਆ ਮਤਲਬ ਹੋਇਆ ਆਗੂਆਂ ਤੇ ਜੁੱਤੀ ਸੁੱਟੋ ਅਤੇ ਚੋਣ ਲੜੋ ਸ਼ਾਇਦ ਭਾਰਤ 'ਚ ਇੱਕ ਫੈਸ਼ਨ ਬਣ ਗਿਆ ਹੈ ਪਹਿਲਾਂ ਦਿੱਲੀ 'ਚ ਆਮ ਆਦਮੀ ਪਾਰਟੀ ਆਗੂ ਨੇ ਦੇਸ਼ ਦੇ ਵਿੱਤ ਮੰਤਰੀ ਪੀ ਚਿਦੰਬਰਮ ਤੇ ਜੁੱਤੀ ਸੁੱਟੀ ਸੀ ਅਤੇ ਉਸ ਤੋਂ ਬਾਅਦ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਹੁਣ ਇਹ ਪ੍ਰਯੋਗ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਧੂਰੀ ਵਿਧਾਨ ਸਭਾ ਦੀ ਜਿੰਨੀ ਚੋਣ 'ਚ ਦੇਖਣ ਨੂੰ ਮਿਲ ਰਿਹਾ ਹੈ ਧੂਰੀ ਤੋਂ ਵਿਕਰਮ ਸਿੰਘ ਧਨੌਲਾ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਨੇ ਜਿਨ੍ਹਾਂ ਦਾ ਚੋਣ ਨਿਸ਼ਾਨ ਚੱਪਲ ਹੈ ਉਹਨਾਂ ਪਿਛਲੇ ਸਾਲ ਪੰਜਾਬ ਦੇ ਈਸੜੂ 'ਚ ਹੋਈ ਕਾਨਫਰੰਸ 'ਚ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਮੁੱਖ ਮੰਤਰੀ ਵਿਕਾਸ ਸਿੰਘ ਬਾਦਲ 'ਤੇ ਜੁੱਤੀ ਸੁੱਟੀ ਸੀ ਅੱਜ ਜੋ ਪੰਜਾਬ ਕੇ ਹਾਲਾਤ ਹੈ ਜੋ ਜਨਤਾ ਕੇ ਬੀਚ ਮੇਂ ਗੁੱਸਾ ਹੈ ਸਰਕਾਰੋਂ ਕੇ ਖਿਲਾਫ ਜੇ ਚੱਪਲ ਜੋ ਹੈ ਉਸੀ ਗੁੱਸੇ ਕਾ ਇੱਕ ਪ੍ਰਤੀਕ ਹੈ ਸਰਕਾਰ ਕੇ ਖਿਲਾਫ ਜਿਸ ਵਾਰ ਇਲੈਕਸ਼ਨ ਮੇਂ ਜ਼ਰੂਰ ਨਿਕਲੇਗਾ ਨਹੀਂ ਵੋ ਤੋ ਹੈ ਇੱਕ ਸਿੰਬਲ ਵੋ ਤੋ ਹੈ ਇੱਕ ਵੋ ਵੀ ਗੁੱਸੇ ਕਾ ਪ੍ਰਤੀਕ ਥੀ ਜੇ ਜੋ ਚੱਪਲ ਹੈ ਵੋ ਜੋ ਮੈਨੇ ਚੱਪਲ ਫੇਂਕੀ ਥੀ ਵੋ ਮੇਰੇ ਗੁੱਸੇ ਕਾ ਪ੍ਰਤੀਕ ਥਾ ਅਬ ਜੇ ਜੋ ਚੱਪਲ ਹੈ ਜੋ ਪੂਰੇ ਪੰਜਾਬ ਕੀ ਜਨਤਾ ਹੈ ਉਸਕੇ ਗੁੱਸੇ ਕਾ ਪ੍ਰਤੀਕ ਹੈ ਜੇ ਇਸ ਵਾਰ ਜੇ ਗੁੱਸਾ ਜਨਤਾ ਕਾ ਜੋ ਹੈ ਸਰਕਾਰ ਕੇ ਉੱਪਰ ਜ਼ੋਰ ਸੇ ਨਿਕਲੇਗਾ ਦੇਖੀਏ ਜਨਤਾ ਬਹੁਤ ਸੂਝਵਾਨ ਹੈ ਜਨਤਾ ਕੋ ਵਿਕਾਸ ਚਾਹੀਏ ਜਨਤਾ ਪੋਜ਼ਿਟਿਵ ਮਾਹੌਲ ਚਾਹਤੀ ਹੈ ਜਨਤਾ ਅਮਨ ਚਾਹਤੀ ਹੈ ਸ਼ਾਂਤੀ ਚਾਹਤੀ ਹੈ तो जनता बहुत समझदार है ऐसे लोगों को जो ऐसी घटिया बातें करके पब्लिसिटी लेने की कोशिश करते हैं अब उसका मकसद सामने आ गया कि उसने इतना गंदा काम करके तो पब्लिसिटी लेने का मकसद क्या था कि उसने इलेक्शन लड़नी थी तो लोग कभी भी ऐसे उम्मीदवारों को मुंह नहीं लगाएंगे ਧੂਰੀ ਦੇ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਪੋਸਟਰਾਂ 'ਤੇ ਸੁਰਜੀਤ ਸਿੰਘ ਬਰਨਾਲਾ ਦੀ ਤਸਵੀਰ ਨਾ ਹੋਣਾ ਸ਼ੰਕਾ ਪੈਦਾ ਕਰ ਰਿਹਾ ਹੈ ਸਭ ਲੋਕ ਇਸ ਗੱਲ ਤੋਂ ਹੈਰਾਨ ਨੇ ਕਿ ਬਰਨਾਲਾ ਪਰਿਵਾਰ ਜਿਸ ਨਾਂ 'ਤੇ ਰਾਜਨੀਤੀ ਕਰ ਰਿਹਾ ਹੈ ਅਤੇ ਜਿਸ ਵਿਅਕਤੀ ਨੂੰ ਪੂਰੀ ਦੁਨੀਆ ਜਾਣਦੀ ਹੈ ਆਖਿਰ ਉਹਨਾਂ ਦੀ ਤਸਵੀਰ ਪੋਸਟਰ ਤੋਂ ਗਾਇਬ ਕਿਉਂ ਹੈ ਪਰੰਤੂ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਬਿਆਨ ਦਿੱਤਾ ਹੈ ਕਿ ਉਹ ਅੰਤ ਤੱਕ ਅਕਾਲੀ ਰਹਿਣਗੇ ਅਤੇ ਸਭ ਕੁਝ ਜ਼ਾਹਰ ਕਰ ਦਿੱਤਾ ਹੈ ਕਿ ਮਾਮਲਾ ਕੀ ਹੈ ਹੁਣ ਜਿਹੜੀ ਇਹ ਕਾਂਗਰਸ ਵਾਲੇ ਆ ਮੈਂ ਪਰਸੋਂ ਇਸ ਪਿੰਡ ਆਇਆ ਅਤੇ ਬੰਦੇ ਮਿਲਣ ਵਾਸਤੇ ਖਲੋਤੇ ਤਾਂ ਮੈਂ ਉਹਨਾਂ ਨਾਲ ਗਾੜੀ ਹੱਥ ਜੋੜੇ ਮੈਂ ਕਿਹਾ ਤੁਸੀਂ ਆਪਾਂ ਇੱਕ ਮਿੰਟ ਬੰਦੇ ਦਿਓ ਮੈਂ ਥੋੜ੍ਹਾ ਵੇਖ ਲਾ ਇਸ਼ਤਿਹਾਰ ਲੱਗਾ ਵੇਖਿਆ ਅਤੇ ਮੈਂ ਕਿਹਾ ਜੀ ਮੈਂ ਤੁਹਾਨੂੰ ਰੋਕਦਾ ਵੀ ਇੱਕ ਮਿੰਟ ਬੰਦੇ ਦਿਓ ਮੈਂ ਕੋਲ ਹੋ ਕੇ ਇਸ਼ਤਿਹਾਰ ਵੇਖਿਆ ਮੈਂ ਕਿਹਾ ਜੀ ਵੇਖੋ ਉਸ ਪੋਤੇ ਨੂੰ ਕਿਹੜਾ ਵੋਟ ਪਾ ਦੂ ਜਿਹੜਾ ਬਾਬੇ ਦੀ ਫੋਟੋ ਵੀ ਨਹੀਂ ਲਾਉਂਦਾ ਨਾਲੇ ਮੁੱਖ ਮੰਤਰੀ ਰਿਹਾ ਹੋਵੇ ਬਾਬੇ ਦੀ ਫੋਟੋ ਲਾਉਣੀ ਵੀ ਨਹੀਂ ਪਸੰਦ ਕੀਤੀ ਕਿ ਇਹ ਪੰਥ ਦਾ ਗਦਾਰ ਆ ਜੇ ਇਹਦੀ ਫੋਟੋ ਲਾਤੀ ਤਾਂ ਇਹਨੂੰ ਵੋਟ ਨਹੀਂ ਪਾਉਣੀ ਦੇਖੋ ਜੀ ਮੈਂ ਸਮਝਦਾ ਇਹ ਜੋ ਫੋਟੋਆਂ ਦਾ ਜਾਰੀ ਕੀਤਾ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸੋਚ ਹੈ ਐਂਬੂਲੈਂਸਾਂ 'ਤੇ ਫੋਟੋਆਂ ਉਹਨਾਂ ਨੇ ਲਾ ਲਈਆਂ ਸਾਈਕਲਾਂ 'ਤੇ ਫੋਟੋਆਂ ਉਹਨਾਂ ਨੇ ਲਾ ਲਈਆਂ ਇਹ ਫੋਟੋਆਂ ਦਾ ਕੀ ਹੈ ਅਤੇ ਐਜ਼ ਫਾਰ ਐਜ਼ ਜੋ ਫੋਟੋ ਸਾਡੇ ਫਲੈਕਸਾਂ 'ਤੇ ਲੱਗੀ ਹੈ ਉਹ ਫੋਟੋਆਂ ਲੱਗੀਆਂ ਨੇ ਲੀਡਰਸ ਦੀਆਂ ਪ੍ਰੈਜ਼ੀਡੈਂਟਸ ਦੀਆਂ ਬੀਬੀ ਸੁਰਜੀਤ ਕੌਰ ਬਰਨਾਲਾ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਪ੍ਰਧਾਨ ਨੇ ਉਹਨਾਂ ਦੀ ਫੋਟੋ ਲੱਗੀ ਹੋਈ ਹੈ ਮਨਪ੍ਰੀਤ ਜੀ ਬਾਦਲ ਪ੍ਰਧਾਨ ਨੇ ਉਹਨਾਂ ਦੀ ਫੋਟੋ ਲੱਗੀ ਹੋਈ ਹੈ ਇਸ ਤਰ੍ਹਾਂ ਹੀ ਸਾਰੀ ਸਮੁੱਚੀ ਪਾਰਟੀਜ਼ ਜੋ ਵਿਰੋਧੀ ਪਾਰਟੀਜ਼ ਨੇ ਉਹਨਾਂ ਸਾਰਿਆਂ ਦੀ ਫੋਟੋਆਂ ਲੱਗੀਆਂ ਹੋਈਆਂ ਨੇ ਹਰਿਆਣਾ ਦੇ ਸੋਨੀਪਤ 'ਚ ਰੇਲਵੇ ਰੋਡ 'ਤੇ ਸਥਿਤ ਸਟੇਟ ਬੈਂਕ ਆਫ ਇੰਡੀਆ 'ਚ ਪ੍ਰਬੰਧਕ ਨੇ ਬੈਂਕ ਦੇ ਅੰਦਰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ ਹਾਦਸੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਬੈਂਕ ਪ੍ਰਬੰਧਕ ਦੇਰ ਤੱਕ ਘਰ ਨਹੀਂ ਪਹੁੰਚਿਆ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲੱਭਦੇ ਹੋਏ ਬੈਂਕ ਆ ਪਹੁੰਚੇ ਹਾਦਸੇ ਦੀ ਸੂਚਨਾ ਉਪਰੰਤ ਹੀ ਸਿਵਲ ਲਾਈਨ ਥਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਸਟੇਟ ਬੈਂਕ ਆਫ ਇੰਡੀਆ ਦੀ ਰੇਲਵੇ ਰੋਡ ਸ਼ਾਖਾ 'ਚ ਖਰਖੌਦਾ ਨਿਵਾਸੀ ਸੁਭਾਸ਼ ਅਰੋੜਾ ਪ੍ਰਬੰਧਕ ਦੇ ਅਹੁਦੇ 'ਤੇ ਕੰਮ ਕਰਦੇ ਸਨ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਸ ਮਾਮਲੇ 'ਚ ਕੁਝ ਨਹੀਂ ਕਿਹਾ ਜਾ ਸਕਦਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਬਾਅਦ ਹੀ ਸਾਰੀ ਕਹਾਣੀ ਦਾ ਪਤਾ ਚੱਲ ਸਕਦਾ ਹੈ ਮੈਂ ਭਾਈ ਸਾਹਿਬ ਕਹਿ ਕੇ ਸਾਹਿਬ ਤੋਂ ਅੰਦਰ ਹੈ ਸਾਢੇ ਸੱਤ ਕੇ ਗਰੀਬ ਗਏ ਥੇ ਤਬ ਲਾਈਟ ਵੀ ਚਲੀ ਗਈ ਥੀ ਮੈਂ ਚਾਬੀ ਉਨਕੇ ਪਾਸ ਹੈ ਮੈਨੂੰ ਮਾਂਗੀ ਵੀ ਦੇ ਦੋ ਚਾਬੀ ਉੱਪਰ ਕੋਈ ਖੋਲ ਦੂੰਗਾ ਕਹਿੰਦੇ ਨਹੀਂ ਆਏਗਾ ਮੈਨੂੰ ਫੋਨ ਕਰ ਲੇਗਾ ਮੈਂ ਚਾਬੀ ਦੇ ਦੂੰਗਾ
तो फिर मैं फोन करता रहा, लैंडलाइन किया नहीं उठाया उन्होंने जी जी। फिर मैंने वीरेंद्र जी को बुलाया, अकाउंटेंट है हमारे जी। फिर ये आए, फिर हमने सामने उन्हें ताला तोड़वाया, ताला तोड़वाया तो अंदर जो गेट में ताला था वो मतलब बाहर से बंद था, अंदर से बंद था। हाँ जी, ग्रिल का था ना, ग्रिल था तो उन्होंने फिर अब अंदर आए तो ये चाप भी ताला बंद करके अंदर थे, नीचे चले गए थे भाई। तब फिर वो उनके बैंक वाले आए दो आदमी, फिर बाद में उन्होंने ताला फोन पान भी लाया बाटे ना उठाया उनने। फिर मैं यार दरवाजा खुद होगा, फिर वहाँ देखा था उन्होंने फांसी लगा रखी थी। तो जलंधर के ग्रीन मॉडल टाउन च बीती रात चोरों ने एक दुकान नु निशाना बनाया। चोरों ने दुकान चो नकदी सनी होर कीमती समान चोरी कर लिया अते पूरी दुकान ही खाली कर दी। सवेरे जब दुकान के मालक दिलप्रीत सिंह नु इस बारे पता लगा था, उसने इसकी सूचना तुरंत पुलिस नु दी। पुलिस ने मौके ते पहुंच के जांच शुरू कर दी है। मेरे पनेवे की दुकान है दिलप्रीत सिंह की। इतने सवेरे 8 बजे सानू पता चलिया है कि इतने जी चोरी हो गई हैगी है। तो मेरा पनेवा तो दीदी वगैरह इधर आए ने, उन्होंने देखा शटर उठे है वै, तो सारा समान जगह चोरी है वै। उस टाइम ही फोन नंबर से अभी फोन करके पुलिस ने इनफॉर्म किया वै, तो हूँ जोड़ा है वै अपना फिंगरप्रिंट्स वाले आए ने और पुलिस आई हैगी है, वो अपनी कार्रवाई कर रही है, डोर स्कैन हाले आ रहा है। सवेरे 8 बजे पता लगा भी इतने ग्रीन गर्ल जी दुकान है उसे कोई नाम लोग व्यक्ति चोरी करके रात में लाई है। मौके पर पहुंचे जो शटर सीगा खुला पिया सीगा ते ताला टुटा पिया सीगा, ते अंदरों समान जिहड़ा वा वो मालक के दसन के मुताबिक चोरी होया वा। हुण बाकी जो लिस्ट के मुताबिक समान उन्हां कोल लिया जाएगा ते उहदे मुताबिक कार्रवाई अमल में लिया जाएगी। पानीपत च होए अखां दे ऑपरेशन दे मामले च जिन्हां दीआं अखां इस दौरान खराब होईआं ने उहनां नूं सरकार वल्लों मुआवजा दित्ता जाएगा। इस मामले च कुल 18 लोग पीड़ित होए सन, जिन्हां चों 17 लोगों दीआं अखां खराब हो गईआं सन। सूबे दे सेहत ते खेड मंत्री अनिल विज ने कहा है कि पानीपत च खराब होईआं अखां दे मामले च पीड़ितां नूं सरकार ने 1-1 लाख रुपए की सहायता राशि देण दा फैसला कीता है। इस तों इलावा इन्हां पीड़ितां दा 3,92,000 रुपए का PGI का खर्चा भी सरकार ही चुकेगी। जिनकी आंखें खराब हुई थी, एक तो उनका सारा खर्चा PGI का हमने वहन किया है। 3,92,000 रुपए का उनका बिल आया था, वो हरियाणा सरकार ने पे किया है। और दूसरा, जितने लोगों की आंखें खराब हुई थी सबको 1-1 लाख रुपया सरकार ने देने का निर्णय किया है। देखिए, एक निर्णय होकर आया था वो कि 2 लाख से 2,60,000 रुपये कर दी जाए, तो अभी मैंने उस पर कुछ ऑब्जेक्शन लगा के वापस भेज दिया है। तो दोबारा जब आएगा उसमें करेंगे। मुझको लगता है कि ये 2,60,000 रुपये ज़्यादा है, तो उस पर विचार करेंगे, अभी कोई फैसला नहीं हुआ। मेडिसिन की फील्ड च PGI के डायरेक्टर प्रोफेसर योगेश कुमार चावला नू पद्मश्री दिता गया। दिल्ली च हुए समागम दौरान प्रोफेसर योगेश चावला नू ए सम्मान दिता गया। राष्ट्रपति प्रणब मुखर्जी ने प्रोफेसर चावला नू पद्मश्री नाल नवाजया। जबलपुर तो मेडिसिन च MBBS अते MD करन तो बाद ऑल इंडिया इंस्टीट्यूट ऑफ मेडिकल साइंस च योगेश कुमार चावला ने गैस्ट्रोएंट्रोलॉजी च DS पूरी की। अक्टूबर 2011 च प्रोफेसर KK तलवार का कार्यकाल पूरा होने तो बाद प्रोफेसर योगेश कुमार चावला PGI के डायरेक्टर बने। प्रोफेसर चावला ने PGI का पहला लिवर ट्रांसप्लांट किया। Let me mention to you that you are seated in the, it is in this hallowed place. गोहाणा के पिंड कटवाल च बारिश ते गड़ीमारी नाल खराब हुई फसल कारण एक किसान दी दिल दा दौरा पैण नाल मौत हो गई है। मृतक किसान दे परिवारक मैंबरां ने सरकार तो मुआवजे की मांग की है। मृतक किसान ने 10 लाख रुपए कर्जा लेके 13.5 एकड़ च फसल उगाई हुई सी, पर बारिश ते गड़ेमारी कारण सारी फसल खराब हो गई है। कई दिन बाद कल भी बारिश हुई थी, फसल सारी खराब हो पाई। जब उसने खेत में जाकर देखा तो अचानक उसके सीने में दर्द हुआ। सीने में दर्द होने के बाद उसको मेडिकल में खानपुर कला लेके गए, वहाँ मृत घोषित हो गया। इसके 6 बच्चे, 3 लड़कियाँ, 3 लड़के,
अभी सारे बच्चे अनमेरिड हैं, मकान आपके सामने है, जमीन इसके 3 एकड़ है। मांग करते हैं सरकार ने जो निर्धारित कर रखा है वो इसको मिलना चाहिए। गरीब किसान था, 10-11 एकड़ की खेती किया हुआ था, फसल बर्बाद होगी। आज ये फसल देखने के लिए अपने परिवार के साथ गया था, सुबह लगभग 7 बजे के आसपास घर से चले ये, 7:30 बजे के आसपास वो खेत में पहुँचे, जब फसल की बर्बादी से देखी तो ये बाउक हो गई, अचानक कार्ड फेल हो गया। इसको मदद मिलनी चाहिए ज़्यादा से ज़्यादा, क्योंकि जब इसके बच्चे पढ़ सके। क्या पता लगा था आपको किस चीज खेत में गया जी, खेत में बर्बादी मिली। नौवीं पातशाही श्री गुरु तेग बहादुर साहब जी का प्रकाश पुरब पूरी दुनिया च वसदे सिख भाईचारे वालों बड़ी श्रद्धा और सत्कार नाल मनाया गया। गुरु जी के जन्म स्थान गुरु के महल सचखंड श्री हरिमंदर साहब विखे विशेष धार्मिक दीवान सजाए गए। लखां की गिणती च श्रद्धालुओं ने गुरु घर मत्था टेकया। सचखंड श्री हरिमंदर साहब विखे सुंदर जलाऊ सजाए गए। गुरुद्वारा गुरु के महल विखे रखवाए गए श्री अखंड पाठ के भोग पाए गए। पंथ प्रसिद्ध कीर्तनी जत्थियां कथा वाचकां अते ढाडियां ने इलाही बाणी नाल संगतां नूं निहाल किया। अज धन धन नवें पातशाह तेग बहादुर सिमरिया घर नौ निधि आवै धाए सब थाई होए सहाए। ऐसे दीन दयाल धन धन श्री गुरु तेग बहादुर महाराज साहब जी का गुरपुरब दिहाड़ा है। गुरु के महल पावन स्थान श्री अमृतसर साहब जी विखे पिता धन मीरी पीरी के मालिक श्री गुरु हरगोबिंद साहब जी और माता श्री नानकी जी के ग्रह विखे श्री गुरु तेग बहादुर महाराज साहब जी का प्रकाश होया। बहुत ही संगत श्रद्धा भावना के नाल सतगुरु पातशाह जी का प्रकाश दिहाड़ा मना रही हैं। सचखंड श्री हरिमंदर साहब जी विखे जो 9 बजे तो 12 बजे तक जलाऊ सजाए गए हैं और बहुत सारिया संगत हाजरियां भर के लाभ प्राप्त कर रही हैं। 9 अप्रैल 1965 नूं भारत की गुजरात सीमा उत्ते पाकिस्तान की पूरी ब्रिगेड ने हमला किया सी, जिसका जवाब विरोधियों के मुकाबले बहुत घट गिनती विच तैनात CRPF के जवानों ने बहुत ही बहादुरी नाल दिता सी। इस दौरान इन जवानों ने पाकिस्तान के खतरनाक मनसूबों उत्ते पानी फेर दिता सी। युद्ध विच शहीद होए उन्हों जवानों नूं श्रद्धांजलि देण लई हर साल 9 अप्रैल नूं वीरता दिवस के रूप में मनाया जाता है। इस मौके जलंधर नेड़े जवानों ने शहीदों नूं श्रद्धा दे फुल भेंट किए। इस दौरान केंद्रीय रिजर्व पुलिस बल के अधिकारी भी मौजूद रहे। नौ अप्रैल का जो दिन है वो बहुत ही महत्वपूर्ण है CRPF के लिए और पूरे पुलिस बल के लिए, क्योंकि ये वो दिन था जब 1965 में, जैसा मैंने आपको बताया कि भारत के गुजरात सीमा पर पाकिस्तान ने हमला किया। पाकिस्तान की पूरी एक ब्रिगेड थी और CRPF की केवल 4 कंपनियां गुजरात में सरदार पोस्ट और टाक पोस्ट पर तैनात थी। 12 घंटे चली इस लड़ाई में पूरी एक ब्रिगेड को रोकना, जिसमें 2 बटालियन का अटैक था और सिर्फ 4 कंपनियां जिसमें मुश्किल से 200 या 250 जवान थे, डट कर मुकाबला किया। ये एक तरह से हम लोगों का श्रद्धांजलि होती है उन सब के लिए और एक प्लेज लेते हैं हम आज के दिन के, अब देश की अखंडता सुरक्षा को तनिक भी आँच नहीं आने देंगे और जो जिन लोगों ने जिन शहीदों ने अपनी कुर्बानियाँ दी हैं उनके परिवार की देखरेख की जिम्मेदारी हम आज के दिन प्लेज लेके पूरी करते हैं। अमृतसर विखे कायम किए जाने वाले इंडियन इंस्टीट्यूट ऑफ मैनेजमेंट लिए स्थान की चोन करने वास्ते दिल्ली तो भारत सरकार की उच्च पदरी टीम ने जिले का दौरा किया। टीम विच शामिल ज्वाइंट सैक्रेटरी गृह विभाग श्री गोयल अते IIM दे डायरेक्टर ने आवाण अते केंद्रीय सुधार घर अमृतसर की थां वेखी। श्री गोयल ने ऐलान किया है कि अमृतसर विच IIM दी क्लासां इस साल 15 जुलाई तो शुरू की जाएंगी। उन्होंने इस अदारे विच पढ़न आने वाले बच्चों के होस्टल आदि की इमारत ले भी कुछ स्थान विखे। जिले के डिप्टी कमिश्नर रवि भगत इस टीम नाल रहे, उन्होंने आवाण विखे लेके गए। इस उपरंत टीम ने पंजाब इंस्टीट्यूट ऑफ टेक्नोलॉजी का दौरा किया, उत्थे उसारी गई नवी इमारत विखी। श्री गोयल ने दसाया कि IIM की नवी इमारत बनाने लई इन्हों की लोड़ घट्टो घट 60 एकड़ की है।
ਜੁਆਇੰਟ ਸੈਕਟਰੀ ਸਾਹਿਬ ਦੀ ਗਵਰਨਮੈਂਟ ਆਫ ਇੰਡੀਆ ਤੋਂ ਇੱਥੇ ਆਈ, ਨਾਲ ਡਾਇਰੈਕਟਰ ਕੋਜ਼ੀਕੋਡ ਆਇਆ ਇੱਥੇ ਆਏ ਸੀਗੇ। ਉਹਨਾਂ ਨੂੰ ਜ਼ਮੀਨ ਜਿਹੜੀ ਪਰਮਾਨੈਂਟ ਹੈਗੀ ਆ ਉਹ ਦਿਖਾਈ ਗਈ, ਜਿਹੜੀ ਅਸੀਂ ਆਵਾਨ ਪਿੰਡ ਵਿੱਚ ਚੂਜ਼ ਕੀਤੀ ਹੈਗੀ। ਇਸ ਦੇ ਨਾਲ ਨਾਲ ਜਿਹੜਾ ਟੈਂਪਰੇਰੀ ਕੈਂਪਸ ਹੈ ਉਹ ਪੰਜਾਬ ਇਨਫੋਰਮੇਸ਼ਨ ਟੈਕਨੋਲੋਜੀ ਦਾ ਕੈਂਪਸ IIT ਦੇ ਅੰਦਰ ਹੈਗਾ, ਉਹ ਦਿਖਾਇਆ ਗਿਆ ਅਤੇ ਇਹਨਾਂ ਨੇ ਉਹਨੂੰ ਪਸੰਦ ਕੀਤਾ ਅਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਜੁਲਾਈ 'ਚ ਇਹ ਇਸ ਵਾਰੀ ਟੈਂਪਰੇਰੀ ਕੈਂਪਸ ਸ਼ੁਰੂ ਕਰ ਦੇਣਗੇ। ਹੋਸਟਲ ਫੈਸਿਲਿਟੀਜ਼ ਇਹਨਾਂ ਨੂੰ ਪ੍ਰੋਵਾਈਡ ਕਰ ਦਿੱਤੀਆਂ ਗਈਆਂ ਅਤੇ ਮੇਨ ਲੈਂਡ ਵੀ ਦਿਖਾ ਦਿੱਤੀ ਗਈ ਹੈ ਜੋ ਕਿ ਵਾਪਸ ਜਾ ਕੇ ਦੱਸਣਗੇ ਔਰ ਇਹਨੂੰ ਅਪਰੂਵਲ ਲਈ ਗਵਰਨਮੈਂਟ ਨਾਲ ਗੱਲ ਕਰਾਂਗੇ। ਪੰਜਾਬੀ ਖਬਰਾਂ ਵਿੱਚ ਫਿਲਹਾਲ ਇਹਨਾਂ ਹੀ, ਸਾਨੂੰ ਦੇ ਇਜਾਜ਼ਤ, ਧੰਨਵਾਦ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।